ਬਠਿੰਡੇ ਤੋਂ ਬਾਈ ਵੀਡੀਓ ਦੇਖਦੇ ਨੇ, ਕਹਿੰਦੇ ਉਹ ਟਰੈਕਟਰ ਹੁੰਦੇ ਨਹੀਂ ਸੀ ਉਰੇ, ਟਰਾਲੀ ਅਸੀਂ ਤੁਹਾਡੀ ਦੇਖੀ ਸੀ, ਕਹਿੰਦੇ ਉਰੀ ਖੜੀ ਸੀ। ਹਾਂ ਵੀ ਮਿੱਤਰੋ, ਨਵੇਂ ਵਲੌਗ 'ਚ ਬਾਈ ਸਵਾਗਤ ਆ, ਅਤੇ ਇੱਧਰ ਦੇਖੋ ਕੌਣ ਆਏ ਹੋਏ ਆ, ਮਨੀ। ਅਤੇ ਬਾਈ ਅੱਜ ਆਪਾਂ ਚੱਲੇ ਸੀ ਬਾਰਡਰ 'ਤੇ, ਅਤੇ ਅਨੰਦਪੁਰ ਵੀ ਕਾਫੀ ਦਿਨ ਲੱਗ ਗਏ। ਮਨੀ ਤੁਸੀਂ ਕਿੰਨੇ ਦਿਨ ਲੱਗ ਆਏ ਸੀ ਅਨੰਦਪੁਰ ਸਾਹਿਬ? 10 ਦਿਨ ਲਾ ਕੇ ਆਏ ਸੀ, ਵਿਹਲ ਆਏ? ਮੈਂ ਘੱਟ ਲਾ ਗਿਆ ਸੀ, ਇਹ 10 ਦਿਨ ਲਾ ਗਿਆ ਸੀ। ਅਤੇ ਹੈਂ ਹਾਂ, ਅਤੇ 10 ਦਿਨਾਂ ਬਾਅਦ ਤੋਂ ਅਜੇ 2 ਦਿਨ ਪਿੰਡ ਲਾ ਕੇ ਆਇਆ। ਪਿੰਡ ਤੋਂ ਬਾਅਦ ਹੁਣ ਕਹਿੰਦੇ ਵੀ ਬਾਰਡਰ 'ਤੇ ਜਾਣਾ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਇਦੋਂ ਬਾਅਦ ਆਪਾਂ ਜਾਣਾ ਬਾਰਡਰ 'ਤੇ, ਅਤੇ ਬਾਹਰ ਖੜ੍ਹੇ ਨੇ ਆਪਣੇ ਘੋੜੇ, ਤੁਹਾਨੂੰ ਉਹ ਵੀ ਚੈੱਕ ਕਰਾ ਦਈਏ, ਅਤੇ ਜਾ ਜੀ। ਲੈ ਵੀ ਆ ਮਨੀ ਵਾਲਾ ਸੋਨਾਲੀਕਾ, ਅਤੇ ਹੁਣ ਥੋੜ੍ਹੇ ਜਿਹੇ ਲਿਬੜੇ ਪਏ ਨੇ ਆਪਣੇ ਵਾਲਾ, ਤਾਂ ਵਾਸ਼ ਕਰਨ ਵਾਲਾ ਰਹਿੰਦਾ ਸੀ ਉਦੋਂ ਅਨੰਦਪੁਰ ਤੋਂ ਪਹਿਲਾਂ, ਆਪਾਂ ਵਾਸ਼ ਕਰੀ ਨਹੀਂ ਹੈਗਾ ਤਿਆਰ ਕਰਕੇ। ਅਤੇ ਆ ਮਨੀ ਵਾਲਾ, ਅਤੇ ਇੱਧਰ ਆਪਣੇ ਵਾਲੀ ਮਸਟੈਂਗ, ਅਤੇ ਹੁਣ ਆਪਾਂ ਇਹਨਾਂ ਨੂੰ ਦੋਵਾਂ ਨੂੰ ਕਰ ਲਈਏ ਵਾਸ਼, ਪਹਿਲਾਂ ਬਾਹਰ ਕੱਢਦੇ ਹਾਂ, ਬਾਹਰ ਇਹਨਾਂ ਨੂੰ ਦੋਵਾਂ ਨੂੰ ਵਾਸ਼ ਕਰਕੇ ਆਪਾਂ ਜਾਣਾ ਗਾ ਉੱਥੇ ਬਾਰਡਰ 'ਤੇ ਜਾਣਾ। ਲੈ ਵੀ ਮਿੱਤਰੋ, ਬਾਹਰ ਕੱਢ ਲਏ ਸੀ ਅਤੇ ਵਾਸ਼ਿੰਗ ਕਰਤੀ ਸਟਾਰਟ, ਇੱਧਰ ਦੇਖ ਰਹੇ ਬੈਠਣੇ ਜਿਵੇਂ ਸਰਵਿਸ ਸਟੇਸ਼ਨ ਵਾਲੇ ਤਾਂ ਧੋਆ ਰਹੇ ਹੁੰਦੇ ਨੇ, ਧੋ ਰਹੇ ਹਾਂ। ਟਾਈਮ ਤਾਂ ਸਾਡੇ ਕੋਲ ਵੀ ਨਹੀਂ ਹੈ, ਸਾਡੀ ਤਾਂ ਬੁਕਿੰਗ ਚੱਲ ਰਹੀ ਹੈ। ਮੈਂ ਦੇਖੀ ਦੀਪੂ ਆ ਗਿਆ, ਟਾਈਮ 'ਤੇ ਜਵਾਬ ਦੇ ਗਿਆ ਜੀ, ਕਹਿੰਦਾ ਜਾਣਾ ਹੈ ਰਾਤ, ਕੀ ਕਹਿ ਦੇ ਆਪਾਂ ਚੱਲਾਂਗੇ। ਹਾਂ ਹੁਣ ਆਇਆ ਉੱਠ ਕੇ, ਅਤੇ ਹੁਣ ਜਵਾਬ ਦੇ ਗਿਆ, ਕਹਿੰਦਾ ਮੈਂ ਜਾਂਦਾ ਨਹੀਂ, ਇੱਕ ਵਾਰ ਜਾਊਂਗਾ ਵਾਪਸ ਆਊਂਗਾ ਟਰੈਕਟਰ ਧੋਤੇ ਦੀ। ਅਤੇ ਹੁਣ ਉਹ ਮਨੀ ਹੋ, ਕੌਣ ਵਿਹਲੇ ਹੋ? ਅਸੀਂ ਵਿਹਲੇ ਹਾਂ, ਹੈਂ ਦੇਖ ਲਾ ਕੰਮ ਆ, ਦੇਖ ਲਾ ਕੰਮ। ਅਤੇ ਟਰੈਕਟਰ ਧੋਤੇ ਸੀ, ਅਤੇ ਹੁਣ ਮੈਂ ਹੋ ਜਾਂ ਰੈਡੀ, ਇਹ ਤਾਂ ਰੈਡੀ ਨੇ, ਫਿਰ ਚੱਲਦੇ ਹਾਂ ਬਈ ਬਾਰਡਰ 'ਤੇ। ਲੈ ਵੀ ਮਿੱਤਰੋ, ਕਹਿੰਦੇ ਬਾਈ ਹੋ ਗਏ ਸੀ ਆਪਾਂ ਤਿਆਰ, ਅਤੇ ਤਿਆਰ ਹੋਣ ਤੋਂ ਬਾਅਦ ਹੁਣ ਜਾਣ ਲੱਗੇ ਸੀ। ਜਾਣ ਲੱਗਣ ਤੋਂ ਬਾਅਦ ਗਰਾਜੇ ਉਡਾ ਲਈ, ਕਹਿੰਦੇ ਵੀ ਆਪਾਂ ਟੋਜਨ ਪਾਉਂਦੇ ਹਾਂ। ਹੁਣ ਅਸੀਂ ਪਾਉਣ ਲੱਗੇ ਸੀ ਟੋਜਨ ਵੈਸੇ ਹੀ ਪਾ ਰਹੇ ਸੀ ਨਾ, ਬਸ ਰੀਲ ਬਣਾਉਣ ਵਾਸਤੇ, ਹੋਰ ਕੋਈ ਮੈਟਰ ਨਹੀਂ ਹੈ, ਮੈਂ ਰੀਲ ਬਣਾਉਣ ਵਾਸਤੇ ਟੋਜਨ ਪਾਉਣ ਲੱਗੇ ਹਾਂ। ਇੱਧਰ ਹੋਏ, ਬਸ ਬਸ ਲੈ ਵੀ ਮਿੱਤਰੋ, ਰੋਡ ਪਟਨਾ ਕਰਤਾ, ਉਰੇ ਲਿਆ ਨਾ, ਉਰੇ ਲਿਆ, ਆਹ ਦੇਖ ਲਾ ਟਾਇਰ ਰਗੜ ਤੇ ਰੋਡ ਕਰਤਾ ਕਾਲਾ, ਅਸੀਂ ਤਾਂ ਵੈਸੇ ਹੀ ਪਾਇਆ ਸੀ, ਚੈੱਕ ਕਰ ਰਹੇ ਸੀ, ਵੈਸੇ ਤਾਂ ਆਪਣੇ
ਟਰੈਕਟਰ ਦਾ ਉਹ ਕਰ ਰੱਖਿਆ ਨਾ, ਵੇਟ ਲੋਅ ਕਰ ਰੱਖਿਆ ਹੈਗਾ, ਪਾਣੀ ਕੱਢ ਰੱਖਿਆ, ਉਹ 'ਚ ਪਾਣੀ ਹੈਗਾ ਕਹੇ ਨਹੀਂ, ਉਹਦੇ 18 ਦੇ ਟਾਇਰ ਹੋ ਗਏ ਨਾ, ਚੌੜੇ ਟਾਇਰ ਵੀ ਆ ਉਹਦੇ, ਰੈਡੀ ਵਾਲੇ ਟਾਇਰ ਆ, ਅਤੇ ਵਜਨ ਉਹਦਾ ਬੰਪਰ ਮੇਰੇ ਨਾਲੋਂ ਬਹੁਤ ਜ਼ਿਆਦਾ, ਵਜਨ ਜ਼ਿਆਦਾ ਹੋਊਗਾ 'ਚ ਨਾ, ਮੇਰੇ ਵਾਲੇ ਨਾਲੋਂ ਵਜਨ ਜ਼ਿਆਦਾ ਉਹ 'ਚ। ਸਾਈਡ 'ਤੇ ਲਓ ਪੁੱਤਰੀ, ਅਤੇ ਇਕੱਠ ਹੋਣ ਲੱਗ ਗਿਆ ਜੀ ਆ, ਫਿਰ ਅਸੀਂ ਜ਼ਿਆਦਾ ਟਾਇਰ ਘਸਾਉਣੇ ਨਹੀਂ ਸੀ, ਤਾਂ ਕਰਕੇ ਬੰਦ ਕਰਤਾ, ਅਜਿਦਾਂ ਵੈਸੇ ਹੀ ਪਾਇਆ ਸੀ। ਅਤੇ ਹੁਣ ਚੱਲੀਏ ਮੈਨੂੰ ਫਿਰ ਆਪਾਂ, ਅਤੇ ਹੁਣ ਚੱਲਦੇ ਹਾਂ ਬਈ ਬਾਰਡਰ 'ਤੇ, ਫਰੈਂਡਲੀ ਟੋਚਨ ਦੀ ਸਾਡਾ, ਉਹ ਵੀ ਟਰੈਕਟਰ ਆਪਣਾ, ਇਹ ਵੀ ਟਰੈਕਟਰ ਆਪਣਾ, ਅਸੀਂ ਤਾਂ ਸ਼ੌਂਕ ਨੂੰ ਪਾਇਆ ਸੀ ਆ। ਲੈ ਵੀ ਮਿੱਤਰੋ, ਪਾਤਲ ਆ ਗਏ ਸੀ ਅਤੇ ਬਾਈਆਂ ਨੇ ਹੱਥ ਦੇ ਕੇ ਥੋੜ੍ਹਾ ਫੋਟਾ ਕਰਾਉਣ ਲੱਗ ਗਏ, ਅਤੇ ਉੱਧਰ ਅੰਗੂਰ ਲੈ ਕੇ ਆਏ ਨੇ। ਐਨਰਜੀ ਵੇਸਟ ਹੋ ਗਈ ਓਏ, ਕੀ ਆ ਓਏ, ਅੰਗੂਰ ਐਨਰਜੀ ਵੇਸਟ ਹੋ ਗਈ ਤੇਰੀ ਹੈ। ਲੈ ਵੀ ਮਿੱਤਰੋ, ਸ਼ਨੀ ਵਾਲੇ ਆ ਗਏ ਸੀਗੇ, ਆਓ ਮੈਂ ਦੇਖੀ ਅੰਗੂਰ ਖਾਏ, ਅੰਗੂਰਾਂ ਤੋਂ ਬਾਅਦ ਕੌਫੀ ਪੀ, ਕੌਫੀ ਤੋਂ ਬਾਅਦ ਹੁਣ ਉਹ ਭੂਜੀਆਂ ਬਣਿਆ ਦੇਖ, ਸ਼ਾਮ ਜੀ ਉਹਨੂੰ ਚੱਲਾਂਗੇ ਬਾਰਡਰ 'ਤੇ, ਹੁਣ ਉੱਥੇ ਸੁੰਨਤ ਨੇ ਜੀ ਹੋਣੀ, ਜੀਜਾ ਨਹੀਂ ਲੱਗਣਾ ਹੈ। ਕਿਆ ਟੈਟੂ 'ਤੇ ਕੀ ਨਾ, ਇਹ ਤਾਂ ਮੈਂ ਉਹ ਰੀ ਕਰਾਇਆ, ਹੁਣ ਤਾਂ ਸੂਈਆਂ ਵੱਜੀਆਂ ਹੋਈਆਂ, ਹੁਣ ਤਾਂ ਉਹ ਤਾਂ ਇਹਨਾਂ ਦੇ ਕਰਿਆ ਜੀ ਹੱਥਾਂ 'ਤੇ, ਹੁਣ ਤਾਂ ਤਾਜ਼ਾ ਬਣਿਆ, ਅਜੇ ਸੈੱਟ ਜਿਹਾ ਨਹੀਂ ਆਇਆ, ਹੁਣ ਨਹੀਂ ਹੋਣਾ, ਹੁਣ ਤਾਂ ਕੈਮੀਕਲ ਹੋਊਗਾ। ਅੱਛਾ ਲੈ ਬਈ, ਸ਼ਨੀ ਕੋਲ ਰੁਕੇ ਦੀ ਅਤੇ ਹੁਣ ਅਸੀਂ ਚੱਲੇ ਬਾਰਡਰ 'ਤੇ, ਚੱਲੀਏ ਬਈ। ਓਏ ਆ ਜਾਓ, ਉਹ ਬੰਦਾ ਇੱਕ ਹੋਰ ਵੱਧ ਗਿਆ, ਸਨੀ ਨੂੰ ਕਹਿ ਕੇ ਆਉਣਾ, ਚੱਲੂਗਾ ਕਹਿਦਾ ਰਿਹਾ। ਸਨੀ ਆਵੇਂਗਾ ਬਾਰਡਰ 'ਤੇ ਪੱਕਾ? ਚੱਲ ਆ ਜੀ, ਪੰਜਵਾਂ ਤੂੰ ਆ, ਤੂੰ ਵੀ ਆਏਗਾ, ਆ ਜੀ, ਠੀਕ ਆ ਠੀਕ ਆ, ਪੱਕਾ ਆ ਜੀ, ਫਿਰ ਸ਼ਾਮ ਨੂੰ ਦਿਖਾਊਂਗਾ ਵੀ ਆਉਂਦਾ ਕਿ ਨਾ, ਹੁਣ ਹਾਂ ਕਰੀ ਆ, ਠੀਕ ਆ, ਓਕੇ ਓਕੇ, ਅਸੀਂ ਚੱਲੇ ਆ ਗਏ, ਆ ਜਾਓ ਉਹ ਨਹੀਂ ਉਹ ਕਰਦਿਆਂ ਲੋ, ਹਾਂ ਹਾਂ ਓਏ ਉਵੇਂ ਨਹੀਂ, ਉਵੇਂ ਨਹੀਂ ਡਿੱਗਦਾ ਡੁੱਗਦਾ, ਡਰ ਡੁਰ ਇਹਨੂੰ ਕਿਸੇ ਦਾ ਨਹੀਂ ਹੈ, ਆਪਣੀ ਜੱਟੀ ਜ਼ਿਆਦਾ ਦਿਲ ਹੈ ਓਏ, ਨਾਮ ਲਾਉਣ 'ਚ ਕਰਦਾ ਮਹਾਂ ਬਲੋਗ 'ਚ, ਦੀਪੂ ਦਾ ਨਵਾਂ ਨਵਾਂ ਰੱਖਦਾ ਵਾ, ਪਰ ਦੱਸਣਾ ਨਹੀਂ ਹੈ ਅਸੀਂ ਨੇ ਕਿਸੇ ਨੂੰ, ਠੀਕ ਆ। ਅਤੇ ਹੁਣ ਅਸੀਂ ਉੱਥੇ ਪਹਿਲਾਂ ਸਿਨਮੇ ਵੱਗ ਗਏ ਸੀ, ਸਿਨਮੇ ਤੋਂ ਰੀਲਾਂ ਰੂਲਾਂ ਬਣਾ ਕੇ, ਅਤੇ ਹੁਣ ਮਨੀ ਕਹਿੰਦਾ ਭੁੱਖ ਲੱਗੀ ਆ, ਪਤਾ ਨਹੀਂ ਕੀ ਆ ਇਹਦੇ ਅੰਦਰ, ਬਹੁਤ ਜ਼ਿਆਦਾ ਭੁੱਖ ਲੱਗਦੀ ਹੈ ਇਹਨੂੰ, ਅਤੇ ਹੁਣ ਪੀਜ਼ਾ ਖਾਣਾ, ਕੀ ਖਾਣਾ, ਇਹ ਤਾਂ ਫਿਰ ਆਈ ਆ ਬਾਈ, ਇਹ ਓਏ ਰੋਟੀ ਕੀ ਖਵਾਈ, ਓਏ ਇੱਕ ਗੱਲ ਆ, ਰੋਟੀ ਦਾ ਓਏ ਦੀਪ, ਤੈਨੂੰ ਪਤਾ ਰੋਟੀ ਤਾਂ ਆਪਣੇ ਘਰੇ ਰਾਤ ਨੂੰ 12-12 ਵਜੇ ਵੀ ਬਣਦੀ ਆ, ਪਰ ਆਪਾਂ ਕਦੇ ਵੀਡੀਓ ਨਹੀਂ ਬਣਾਈ ਵੀ ਅਸੀਂ ਨੇ ਖਵਾਈ ਆ, ਕਿਉਂ ਬਈ, ਹਾਂ ਹੈ ਓਏ ਮਨੀ, ਰੋਟੀ ਭਾਈ ਸਾਡੇ ਘਰੇ ਰਾਤ ਨੂੰ 12 ਵਜੇ ਵੀ ਬਣਦੀ ਆ, ਪਰ ਉਹ ਗੱਲ ਵਾਕਾ ਵੀ ਅਸੀਂ ਲੋਕਾਂ ਵਾਂਗੂ ਸਟੋਰੀਆਂ ਨਹੀਂ ਪਾਈਆਂ ਵੀ ਅਸੀਂ ਰੋਟੀ ਖਵਾਈ ਆ, ਠੀਕ ਆ, ਉਹ ਗੱਲ ਵਾਕਾ ਵੀ ਅਸੀਂ ਬਲੌਗ 'ਚ ਕਦੇ ਪਾਇਆ ਨਹੀਂ, ਅਜੇ ਹੁਣ ਆਪਾਂ ਇੱਥੇ ਕੁਛ ਖਾਂਦੇ ਪੀਂਦੇ ਆ, ਖਾਵਾਂਗੇ ਪਹਿਲਾਂ ਰੇਸ, ਰੇਸ ਦੀ ਜਿੱਦ ਹੋ ਰਹੀ ਆ ਵੀ ਰੇਸ ਲਾਉਣੀ ਆ, ਰੇਸ ਕੋਈ ਲੰਬੀ ਨਹੀਂ ਲਾਉਣੀ, ਬਸ ਆਹੋ ਰੱਖਾਂਗੇ, ਫਿਰ ਨਹੀਂ ਭੱਜਿਆ ਜਾਣਾ, ਫਿਰ ਕਹੇਗਾ ਪੱਖੀ ਭਰਦੀ ਆ, ਲਾ ਨਾਲੇ ਤੂੰ ਕਹਿ ਤਾ ਉਹ ਲੱਪੀ ਜਗ੍ਹਾ ਕਿਉਂ ਲੱਗਣੀ, ਨਹੀਂ ਲੱਗਣੀ ਹਾਂ, ਕਵਰ ਬਦਲਦਾ ਕਹਿੰਦਾ ਮੈਂ, ਉਹ ਜਿੱਦ ਲਾਉਣੀ ਲਾ ਯਾਰ, ਬੂਟ ਵਾਲਾ ਪਿਛਲੇ ਸਾਲ ਚੱਲਿਆ ਸੀ ਨਾ, ਹਾਂ ਇਹ ਹੁਣ ਚੱਲਿਆ, ਇਹ ਲੋਗੋ ਪੈਂਟ ਦੇ ਉਰੇ ਵੀ ਆਉਣ ਲੱਗ ਗਏ, ਅੱਜ ਸ਼ਰਟ ਪਾ ਕੇ ਬਾਹਰ ਨਿਕਲਿਆ, ਬਾਹਰ ਨਿਕਲਣ ਸਾਰੀ ਟੋਕਦਾ ਦੀ ਪੂਣ, ਕਹਿੰਦਾ ਆ ਜਵਾਕ ਵਾਲੀ ਕਿੱਥੋਂ ਲਿਆ ਲੈ, ਕਰੋ ਗੱਲਾਂ ਓ ਯਾਰ ਜਵਾਨ ਜਵਾਨ ਦੀਪੂ, ਮੈਂ ਮਤਾ ਭੈਣ ਜੋ ਕੱਪੜੇ ਪਾਉਣ ਲੱਗਿਆ, ਤੂੰ ਉਹ ਟੋਕੀ ਆ ਨਾ, ਮੈਂ ਤਾਂ ਉਈ ਨਹੀਂ ਪਾਉਂਦਾ ਹੁੰਦਾ ਇੰਨੇ,
ਮਤਾ ਜਹੀ ਜੀ ਲੋਰ ਪੈ ਗਈ ਭੱਜ ਓਏ ਕੋਈ ਫੇਰ ਨੀ ਭੱਜਿਆ ਜਾਣਾ ਯਾਰ ਬੱਖੀ ਭਰ ਜੂ ਕੋਈ ਨੀ ਫਿਰ ਭੱਜ ਗਿਆ ਹੋਰ ਖਾ ਲਈ ਸਮਾਂ ਵੱਡਾ ਪੀਜ਼ਾ ਆਫਰ ਚੱਲ ਰਿਹਾ ਸੀ ਵੱਡਾ ਆਊਗਾ ਹੁਣ ਨਾਲੇ ਪੀਜ਼ਾ ਵੱਡਾ ਫਿਰ ਖਾ ਨੀ ਹੋਣਾ ਚਲੋ ਲੈ ਭੱਜੂਗਾ ਕਰ ਜਾਣ ਗੱਠ ਦੇ ਲੈਣ ਦੇ ਉਹ ਫਿਰ ਲੋਹਰ ਚੁੱਕੂਗੀ ਭੱਜੇ ਜਾਂਦੇ ਫਿਰ ਲੋਹਰ ਨਿਕਲੂਗੀ ਗੱਠ ਦੇ ਲੈਣ ਦੇ ਉਹਨੂੰ ਬੋਲੂਗਾ ਤੇ ਪਰ ਅਜੇ ਸੋਚ ਕੇ ਬੋਲੂ ਸਿੱਟੂ 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 ਆ ਬਾਈ ਕੁਛ ਕੋਈ ਨੀ ਬਾਕੀ ਬਲੌਗ ਫਿਰ ਬਣਾਉਂਦੇ ਆ ਪੈਣਾ ਦਾਰਾ ਕਿਆ ਲੈ ਕੇ ਆਇਆ ਗਾਇਸ ਗੋਲਡਨ ਪੀਜ਼ਾ ਲਾਸਟ ਅਜਾ ਉੱਪਰ ਚੱਲ ਰਿਹਾ ਸੀ ਉਹ ਵੱਡਾ ਕਾਫੀ ਆ ਖਾ ਜਾਏਗਾ ਮਨੀ ਮਨੀ ਕੋਈ ਨੀ ਮਨੀ ਦੋ ਰੋਟੀਆਂ ਖਾ ਕੇ ਆਇਆ ਸਵੇਰੇ ਘਰੇ ਦੋ ਆ ਖਾ ਕੇ ਆਇਆ ਨਾ ਨਾ ਛੱਡਦੇ ਨੀ ਵੀਰੇ ਛੱਡਣਾ ਕੱਟ ਕੁੱਟ ਨਹੀਂ ਛੱਡਣਾ 550 ਲੱਗਿਆ ਛੱਡਣਾ ਛੱਡਣਾ ਨੀ ਹੈ ਹੁਣ ਪੀਜ਼ਾ ਪੂਜ਼ਾ ਖਾ ਲੈ ਲਾਉਣੀ ਆ ਰੇਸ ਓਏ ਰੇਸ ਲਾਉਣੀ ਆ ਰੇਸ ਕਹਿ ਰਿਹਾ ਮੈਂ ਪਹਿਲੀ ਕਿਹਾ ਸੀ ਵੀ ਫਿਰ ਕਹੋਗੇ ਤੁਸੀਂ ਜ਼ਿਆਦਾ ਖਾ ਲਿਆ ਪੀ ਲਿਆ ਚਲੋ ਆਜੋ ਹੁਣ ਚੱਲੀਏ ਆਜੋ ਚੱਲੀਏ ਹੈਂ ਹੁਣ ਲਾਉਂਦਾ ਨਹੀਂ ਕਹਿੰਦਾ ਮੈਂ ਥੱਕਾ ਹੋ ਗਿਆ ਜ਼ਿਆਦਾ ਖਾ ਲਿਆ ਪੀ ਲਿਆ ਚੱਲ ਲੈ ਵੀ ਮਿੱਤਰ ਬਸ ਪਹੁੰਚਣ ਵਾਲੀ ਦੇਖਣ ਵਾਲੀ ਪਹੁੰਚ ਗਏ ਸੀ ਅਤੇ ਬਾਈਆਂ ਨੇ ਹੱਥ ਦਿੱਤਾ ਕਹਿੰਦੇ ਫੋਟੋਆਂ ਫੋਟੋਆਂ ਕਰਾਉਣੀਆਂ ਨੇ ਬਾਈ ਹੋਈ ਫੋਟੋਆਂ ਕਰੀ ਜਾਂਦੇ ਆ ਅਤੇ ਬਸ ਹੁਣ ਪਹੁੰਚਣ ਵਾਲੀਆਂ ਖਨੌਰੀ ਪਹੁੰਚ ਗਏ ਇੱਕ ਉਹਦਾ ਜੂ ਦਾ ਸਪੈਨਲ ਜਿਹਾ ਟੁੱਟ ਗਿਆ ਉਹ ਲਵਾਉਣਾ ਅੱਗੇ ਆਪਾਂ ਨੇ ਅਤੇ ਬਾਕੀ ਫਿਰ ਕੱਲ੍ਹ ਨੂੰ ਆਪਾਂ ਉੱਥੇ ਦੇਖਦੇ ਹਾਂ ਬਾਰਡਰ 'ਤੇ ਹੈ ਨਾ ਉੱਧਰ ਚੱਲਾਂਗੇ ਸੰਭੂ ਬਾਰਡਰ 'ਤੇ ਠੀਕ ਆ ਜੇ ਮੂਡ ਬਣਿਆ ਕੱਲ੍ਹ ਨੂੰ ਉੱਧਰ ਨੂੰ ਖਿੱਚ ਦੇਣੇ ਆ ਲੈਵੀ ਮਿੱਤਰ ਹੋ ਗਿਆ ਕਲੈਂਪ ਤਿਆਰ ਕਲੈਂਪ ਟੁੱਟ ਗਿਆ ਸੀ ਕਲੈਂਪ ਤਿਆਰ ਕਰਾ ਰਿਹਾ ਅਤੇ ਹੁਣ ਡੈੱਕ 'ਚ ਹੱਲਣ ਲੱਗ ਗਿਆ ਸੀ ਮਨੀ ਵਾਲੇ ਟਰੈਕਟਰ ਦਾ ਇਹ ਨੇ ਯਾਰ ਪੰਜਾਬ 'ਚ ਸੇਵਾ ਕਰਤੀ ਮਨੀ ਤੇਰੇ ਟਰੈਕਟਰ ਨੂੰ ਠੀਕ ਆ ਉਹ ਮਨੀ ਬਾਈ ਨੇ ਰੁਪਈਆ ਨਹੀਂ ਲਿਆ ਸੇਵਾ ਕਰਤੀ ਕਹਿੰਦਾ ਕੋਈ ਚੱਕਰ ਨਹੀਂ ਬਾਈ ਬਾਈ ਨੂੰ ਪੁੱਛਿਆ ਸੀ ਵਾਰੀ ਵਾਰੀ ਵੀ ਦੱਸ ਦੇ ਵੀਰ ਕਹਿੰਦਾ ਕੋਈ ਚੱਕਰ ਨਹੀਂ ਇਹ ਨੇ ਯਾਰ ਪੰਜਾਬ 'ਚ ਬਸ ਮਨੀ ਦੁਨੀਆਦਾਰੀ ਬਹੁਤ ਘੁੰਮ ਲਈ ਜਦੋਂ ਅੜਿਆ ਹੁੰਦਾ ਬੰਦਾ ਹੈ ਨਾ ਉਦੋਂ ਸਮਾਂ ਦੁਨੀਆ ਪੈਸੇ ਵੱਧ ਮੰਗਦੀ ਹੁੰਦੀ ਹੈ ਨਾ ਬਾਈ ਕਹਿੰਦਾ ਕੋਈ ਚੱਕਰ ਹੀ ਨਹੀਂ ਹੈਗਾ ਆਹੀ ਨਜ਼ਾਰਾ ਆਪਣੇ ਪੰਜਾਬ ਦਾ ਨਹੀਂ ਨਜ਼ਾਰਾ ਆਪਣੇ ਪੰਜਾਬ ਦਾ ਵੀਰੇ ਇਹ ਨਹੀਂ ਤਾਂ ਅੜਿਆ ਹੋਇਆ ਜਦੋਂ ਐਂ ਹੁੰਦਾ ਨਾ ਵੀ ਹੁਣ ਤਾਂ ਅਗਲੇ ਨੂੰ ਲਵਾਉਣਾ ਪਊਗਾ ਜਿੰਨੇ ਮਰਜ਼ੀ ਮੰਗ ਲਓ ਨਹੀਂ ਦੇਣਾ ਉਨੀ ਮੰਗ ਲਾਂ ਦੇਣਾ ਅਗਲੇ ਹੈ ਨਾ ਓਏ ਇਹ ਨਜ਼ਾਰਾ ਬਾਈ ਲੈ ਵੀ ਮਿੱਤਰੋ ਆਪਾਂ ਪਹੁੰਚ ਗਏ ਸੀ ਬਾਰਡਰ 'ਤੇ ਅਤੇ ਉੱਧਰੋਂ ਸੰਸਕਾਰ ਕਰਨ ਆ ਰਹੇ ਨੇ ਅਸੀਂ ਡੈੱਕ ਛੱਡਿਆ ਹੋਇਆ ਉੱਧਰੋਂ ਸੰਸਕਾਰ ਕਰਨ ਆ ਰਹੇ ਨੇ ਸੰਸਕਾਰ ਰੀਅਲ ਨਹੀਂ ਹੈ ਬਾਈ ਉਹ ਪੁਤਲਾ ਫੂਕ ਰਿਹਾ ਪੰਜਾਬ ਸਰਕਾਰ ਦਾ ਦੇਖੋ ਬੜਾ ਲੰਬਾ ਇਕੱਠ ਹੈਗਾ ਪੂਰੀ ਰੌਣਕ ਆ ਬਾਈ ਬਾਰਡਰ ਤੇ ਇਹ ਨਾ ਸੋਚ ਲਿਓ ਵੀ ਸੀਜ਼ਨ ਦਾ ਟਾਈਮ ਆ ਗਿਆ ਕੋਈ ਆਉਂਦਾ ਨੀ ਦੇਖੋ ਮੁੰਡੇ ਗਰੁੱਪ ਵਾਲੇ ਆਏ ਹੋਏ ਆ ਬਹੁਤ ਲੰਬਾ ਇਕੱਠ ਆ ਕੰਨ ਵਾਲੇ ਹੋ ਗਏ ਲਵੇਂ ਮਿੱਤਰ ਪਹੁੰਚ ਗਏ ਆਪਣੀ ਟਰਾਲੀ ਕੋਲੇ
ਪਿੰਡ ਹਰੀਗੜ੍ਹ ਆਪਣੀਆਂ ਟਰਾਲੀਆਂ ਖੜੀਆਂ ਨੇ। ਥੱਕਿਆ ਤਾਂ ਨਹੀਂ ਮਨੀ ਹੈਗੀ ਰੌਣਕ ਪੂਰੀ ਅੱਜ ਕੱਲ੍ਹ ਦੇਖ ਲਾ ਨੌਜਵਾਨ ਕਿੰਨੇ ਇਕੱਠੇ ਹੋਏ ਹੋਏ ਆ ਇਕੱਠ ਦੇਖ ਲਾ ਕਹਿੰਦਾ ਉਹ ਹਜੇ ਸਟੇਜ ਤੇ ਹੱਥ ਮਾਰ ਰਿਹਾ ਜੀ ਉਹ ਕਹਿੰਦਾ ਅੱਗੇ ਲਿਆਓ ਮੈਂ ਆ ਗਏ ਹੋਰ ਹੱਥ ਮਾਰ ਰਿਹਾ ਜੀ ਉਹ ਦੇਖ ਲਓ ਮਨੇ ਗੱਲਬਾਤ ਹੁਣ ਬਣੀ ਆ ਗੱਲਬਾਤ ਛੱਤ ਪਾਤੀ ਸਟੇਜ ਲਾ ਤੀ ਦਰੀਆਂ ਇਕੱਠੀਆਂ ਕਰਨ ਲੱਗੇ ਹੁਣ ਇਹ ਸਟੇਜ ਦਾ ਖਤਮ ਹੋਇਆ ਸੀ ਉਹ ਦੇਖੋ ਉੱਧਰ ਆਹ ਸੂਆ ਜਿਹੜਾ ਸੂਏ ਦੇ ਉੱਪਰ ਦੀ ਪੌੜਾ ਪਿੰਡਾਂ ਵਿੱਚ ਨਹੀਂ ਹਾਂ ਲੈ ਵੀ ਮਿੱਤਰੋ ਸ਼ਾਮ ਦਾ ਹੋ ਗਿਆ ਟਾਈਮ ਅਤੇ ਅਸੀਂ ਟਰਾਲੀ 'ਚ ਗੱਦੇ ਗੁੱਦੇ ਵੀ ਸੈੱਟ ਕਰ ਲਏ ਅਤੇ ਬਾਈ ਅੱਜ ਦਾ ਵਲੋਗ ਇੰਨਾ ਕੀ ਅਤੇ ਠੀਕ ਆ ਬਾਕੀ ਵਲੋਗ ਕੱਲ੍ਹ ਨੂੰ ਹੁਣ ਆਪਾਂ ਦੋ ਤਿੰਨ ਦਿਨ ਹੇਤੀ ਹਾਂ ਇਦੋਂ ਬਾਅਦ ਦੇਖਦੇ ਹਾਂ ਜੇ ਸਲਾਹ ਬਣ ਗਈ ਸ਼ੰਭੂ ਬਾਰਡਰ ਜਾ ਵੀ ਸਕਦੇ ਹਾਂ ਕੱਲ੍ਹ ਨੂੰ ਨਹੀਂ ਬਸ ਐਂਡ ਆ ਗਿਆ ਵਲੋਗ ਦਾ ਅਤੇ ਜਿਹੜੇ ਪਹਿਲੀ ਵਾਰ ਵੀਡੀਓ ਦੇਖ ਰਹੇ ਚੈਨਲ ਕਰ ਲਓ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਬਾਈ ਬਾਏ ਬਾਏ ਲੈ ਵੀ ਮਿੱਤਰੋ ਵਲੋਗ ਦਾ ਕਰਤਾ ਜੀ ਦਾ ਐਂਡ ਬਸ ਅਡਿਟ ਲੱਗੇ ਜੀ ਕਰਨਾ ਅਤੇ ਭਰਾ ਆ ਗਏ ਅਤੇ ਕਿਹੜਾ ਪਿੰਡ ਬਾਈ ਇਹ ਕਿੱਥੇ ਪੈਂਦਾ ਬਠਿੰਡੇ ਤੋਂ ਬਾਈ ਵੀਡੀਓ ਦੇਖਦੇ ਨੇ ਕਹਿੰਦੇ ਉਹ ਟਰੈਕਟਰ ਹੁੰਦੇ ਨਹੀਂ ਸੀ ਉਰੇ ਟਰਾਲੀ ਅਸੀਂ ਤੁਹਾਡੀ ਦੇਖੀ ਸੀ ਕਹਿੰਦੇ ਉਰੀ ਖੜੀ ਸੀ ਅਤੇ ਅੱਜ ਬੰਦੇ ਚੇਂਜ ਕਰਤੇ ਅਸੀਂ ਉਹ ਘਰ ਭੇਜ ਅਤੇ ਅਸੀਂ ਅੱਜ ਉਰੇ ਹਾਂ ਮੈਂ ਮਨੀ ਆ ਦੀਪੂ ਨੂੰ ਕੰਮ ਸੀ ਦੀਪੂ ਚੱਲ ਗਿਆ ਅਤੇ ਬਾਈ ਵੀਡੀਓ ਦੇਖਦੇ ਨੇ ਧੰਨਵਾਦ ਵੀਰੇ ਯਾਰ ਬਾਈ ਉਰੀ ਲੱਗਿਆ ਫੋਟੋ ਫੋਟਾ ਕਰਾਉਣਾ ਹੁਣ